ਆ ਗਈ ਆ ਗਿਆ ਝੋਟਾ ਆ ਲਵਾਉਣੀ ਸੀਗੀ ਅੱਜ ਹੁਣ ਫੇਰ ਬਾਅਦ ਕਹਿੰਦੀ ਨਕਲ ਮਾਰਨੀ ਮਾਰ ਲਓ ਕਲੋਜ਼ ਕਰਦਾ ਇਹ ਆਹ ਕਲੋਜ਼ ਹੋਣ ਲੱਗ ਪਿਆ ਉਹ ਲੜ ਪਏ ਤੇ ਟਾਇਰ ਖੁੱਲੇ ਵੀ ਜਿੱਦਾਂ ਰੱਬ ਕੋਈ ਆ ਆਪਾਂ ਹਾਂਜੀ ਓਬੇ ਕੀ ਹਾਲ ਚਾਲ ਹੋ ਗਏ ਸਾਰੇ ਵਧੀਆ ਹਾਜ਼ਰ ਹਾਂ ਉਹ ਲੋ ਲੈ ਕੇ ਅੱਜ ਦਾ ਵਲੌਗ ਇਹਦੇ ਜਿਹੜੇ ਫਾਈਨਲ ਦੋ ਕੰਮ ਆ ਅੱਜ ਆਪਾਂ ਉਹ ਕਰਾਉਣ ਚੱਲੇ ਇੱਕ ਮੋਡੀਫਿਕੇਸ਼ਨ ਹੈ ਕਿਹਦੀ ਕੋਟਿੰਗ ਹੈ ਮੋਡੀਫਿਕੇਸ਼ਨ ਕਿਹੜੀ ਰਹਿੰਦੀ ਹੈਗੀ ਜਿਨ੍ਹਾਂ ਦੀ ਲੁੱਕ ਬਹੁਤ ਜ਼ਿਆਦਾ ਇਨਹਾਂਸ ਹੋਣ ਵਾਲੀ ਆ ਉਹ ਜੇ ਤੁਹਾਨੂੰ ਪਤਾ ਲੱਗ ਜੂਗਾ ਫਿਰ ਹਾਲ ਜਾ ਕੇ ਸਾਰਿਆਂ ਨੇ ਸਬਸਕ੍ਰਾਈਬ ਕਰ ਲਓ ਅਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਅਤੇ ਸਪੋਰਟ ਕਰੋ ਸਾਰੇ ਹੁਣ ਰੈਗੂਲਰ ਵਲੌਗਸ ਆ ਰਹੇ ਆ ਮੈਂ ਰੈਗੂਲਰ ਕਹਿ ਨਹੀਂ ਰਿਹਾ ਕਿ ਡੇਲੀ ਵਲੌਗ ਰੋਜ਼ ਰੋਜ਼ ਆਊਗੇ ਵੀ ਜਿੱਦਣ ਕਹਿ ਦਿੰਦਾ ਹੁੰਦਾ ਤਾਂ ਉੱਦਣ ਹੀ ਮੇਰੀ ਸਟ੍ਰੀਕ ਰੁਕ ਜਾਂਦੀ ਹੁੰਦੀ ਸੋ ਮੈਂ ਕਹਿਣਾ ਨਹੀਂ ਆ ਹੋਪਫੁਲੀ ਆਪਾਂ ਡੇਲੀ ਵਲੌਗ ਦਿੰਦੇ ਰਹਾਂਗੇ ਪਰ ਹੁਣ ਆਪਾਂ ਲੇਟ ਹੋ ਗਏ ਹਾਂ 10 ਵਜੇ ਦਾ ਮੇਰਾ ਟਾਈਮ ਸੀ ਉੱਥੇ ਕੋਟਿੰਗ ਦਾ ਅਤੇ 10:30 ਮੈਨੂੰ ਇੱਥੇ ਹੋ ਗਿਆ ਫਟਾਫਟ ਨਿਕਲੀਏ ਸ਼ੂ ਵੀ ਮੇਰੇ ਹੱਥ 'ਚ ਆ ਬੈਗ ਪਾ ਲਿਆ ਬਟ ਹੁਣ ਭੱਜੀਏ ਸ਼ੂ ਅੱਜ ਤੁਹਾਨੂੰ ਨਾ ਇਹਦੇ ਮੈਂ ਫੀਚਰ ਵੀ ਦੱਸੂੰਗਾ ਕਿ ਇਹ 'ਚ ਕਿਹੜੇ ਕਿਹੜੇ ਫੀਚਰ ਆ ਲੈਕਸਾ ਲੁਕਸਾ ਦਾ ਤੁਹਾਨੂੰ ਪਤਾ ਹੀ ਆ ਹੈ ਨਾ ਉਸ ਤੋਂ ਹੱਟ ਕੇ ਵੀ ਤੁਹਾਨੂੰ ਦੱਸੂੰਗਾ ਇਹ 'ਚ ਕਿੰਨੇ ਫੀਚਰ ਆ ਜਿਹਦੇ ਕਰਕੇ ਗੱਡੀ ਸਾਰਿਆਂ ਨਾਲੋਂ ਵੱਖਰੀ ਆ ਸਾਰੇ ਤੁਹਾਨੂੰ ਦੱਸੂੰਗਾ ਜਿਹੜੀ ਕਿ ਇਹਦੀ ਕਲਾਸ ਵਾਲੇ ਆ ਸਪੈਸ਼ਲੀ ਮੈਂ ਤੁਹਾਨੂੰ ਉਹੀ ਦੱਸੂੰਗਾ ਜਿਹੜੇ ਇਹਦੀ ਕਲਾਸ ਦੀਆਂ ਗੱਡੀਆਂ ਉਹ ਤੋਂ ਕਿਵੇਂ ਹੋਰ ਹੁੰਦੀ ਆ ਤੁਹਾਨੂੰ ਮੈਂ ਦੱਸੂੰਗਾ ਅੱਜ ਪੱਕਾ ਕਿਉਂਕਿ ਉੱਥੇ ਮੈਨੂੰ 4-5 ਘੰਟੇ ਲੱਗਣ ਵਾਲੇ ਆ ਮੈਂ ਅੱਜ ਇਹ ਵੀ ਲੈ ਕੇ ਜਾਣੀ ਸੀ ਪਰ ਜਿਹੜੇ ਆਪਣੇ ਮਿੱਤਰ ਨੂੰ ਮੈਂ ਕਿਹਾ ਸੀਗਾ ਕਿ ਮੇਰੇ ਨਾਲ ਉਹਨੂੰ ਵੀ ਲੈ ਕੇ ਉਹ ਆਪਾਂ ਅੱਜ ਛੱਡਿਓ ਨਹੀਂ ਆ ਅਤੇ ਉਹ ਸ਼ੇਰ ਅੱਜ ਮੇਰਾ ਉੱਠਿਆ ਹੀ ਨਹੀਂ ਚਲੋ ਦੇਖਦਾ ਜੇ ਮੇਰੇ ਪਿੱਛੋਂ ਵੀ ਉੱਠਿਆ ਉਹਨੂੰ ਮੈਂ ਕਹਿ ਦੂੰਗਾ ਕਿ ਗੱਡੀ ਲੈ ਕੇ ਆ ਜਾ ਮਗਰੀ ਅਤੇ ਆਪਾਂ ਛੱਡਿਆ ਹੀ ਉਹਨੂੰ ਵੀ ਉਹਨੂੰ ਮੈਂ ਰਾਤੀ ਕਿਹਾ ਕਿ ਸ਼ੇਰ ਟਾਈਮ ਨਾਲ ਪਹੁੰਚੀ ਇਹਦੀ ਆਪਾਂ ਕੋਟਿੰਗ ਕਰਾ ਕੇ ਲੈ ਆਵਾਂਗੇ ਅਤੇ ਉਹਨੂੰ ਉੱਥੇ ਛੱਡ ਆਵਾਂਗੇ ਉਹਦਾ ਸਵੇਰ ਦਾ ਉੱਠਿਆ ਹੀ ਨਹੀਂ ਸੋ ਅੱਬੇ ਆ ਗਈ ਕੋਟਿੰਗ ਲਈ ਹੁਣ ਪਹਿਲਾਂ ਇਹ ਵਾਸ਼ ਹੋਣੀ ਆ ਕਿ ਫੇਕ ਕੋਟਿੰਗ ਹੋਣੀ ਆ ਅਤੇ ਬਾਅਦ 'ਚ ਇਹਦੀ ਮੋਡੀਫਿਕੇਸ਼ਨ ਆਊਗੀ ਜਿਹੜੀ ਆਪਾਂ ਕਰਾਉਣੀ ਆ ਪਹਿਲਾਂ ਕੋਟਿੰਗ ਕਰਾ ਲਈਏ ਇੱਥੇ ਰਾਗ ਵਾਲਿਆਂ ਦਾ ਤਾਂ ਇਹੀ ਸਿਸਟਮ ਹਮੇਸ਼ਾ ਦਾ ਹੀ ਆ ਮੱਕੜ ਵਾਲਿਆਂ ਦੀ ਸਰਵਿਸ ਘੈਂਟ ਆ ਅਤੇ ਰਾਗ ਵਾਲਿਆਂ ਦੀ ਡੀਲਰਸ਼ਿਪ ਘੈਂਟ ਆ ਦੋਨਾਂ ਦੇ ਆਪੋ ਆਪਣੇ ਸਿਸਟਮ ਆ ਇਹਨਾਂ ਦੀ ਆ ਜਿਹੜੀ ਆ ਨਾ ਇਹ ਨੋਟ ਗੁੱਡ ਇਹਨਾਂ ਦਾ ਬੁਰਾ ਹਾਲ ਹੀ ਆ ਇੱਥੇ ਆ ਜਿੰਨਾ ਵੀ ਇਹਦਾ ਸਰਵਿਸ ਏਰੀਏ ਦਾ ਨਾ ਇਹਦਾ ਸਿਸਟਮ ਆ ਹਮੇਸ਼ਾ ਹੀ ਉੱਧਰ ਆਪਣਾ ਵਧੀਆ ਆ ਸਿਸਟਮ ਮੱਕੜ ਲੈ ਕੇ ਇਹਨੂੰ ਵੀ ਮੱਕੜ ਦੇ ਹੀ ਜਾਣਾ ਪਹਿਲੀ ਸਰਵਿਸ ਤੋਂ ਹੀ ਮੇਜਰ ਚੈੱਕਅਪ ਤੋਂ ਹੀ ਇਹਨੂੰ ਉੱਥੇ ਲੈ ਜਾਣਾ ਆ ਉੱਥੇ ਮੇਰੀ ਗੱਲ ਹੋ ਗਈ ਆ ਹੁਣ ਕੋਟਿੰਗ ਦੇ ਇੱਥੇ ਪੈਸੇ ਦਿੱਤੇ ਸੀਗੇ ਬਸ ਕੋਟਿੰਗ ਕਰਾਉਣੀ ਆ ਇਹਨਾਂ ਦੀ ਆਹ ਸਰਵਿਸ ਨਹੀਂ ਗੁੱਡ ਯਾਰ ਹਮੇਸ਼ਾ ਹੀ ਇਹਦੀ ਸਰਵਿਸ ਨਹੀਂ ਗੁੱਡ ਬਿਲਕੁਲ ਨਹੀਂ ਗੁੱਡ ਇੱਥੇ ਪਹਿਲਾਂ ਮੈਂ ਕੋਈ ਬੰਦਾ ਕਹਿੰਦਾ ਉੱਧਰ ਲੈ ਜਾ ਕੋਈ ਬੰਦਾ ਕਹਿੰਦਾ ਇੱਧਰ ਲੈ ਜਾ ਕੋਈ ਕਹਿੰਦਾ ਕਿਤੇ ਘਰ ਕੋਈ ਕਹਿੰਦਾ ਕਿਤੇ ਘਰ ਇਹਨਾਂ ਦਾ ਹਮੇਸ਼ਾ ਦਾ ਯਾਰ ਵਾਲਾ ਹੁੰਦਾ ਬਸ ਹੁਣ ਕੋਟਿੰਗ ਕਰਾ ਕੇ ਫੇਰ ਨਹੀਂ ਇੱਥੇ ਲੈ ਕੇ ਆਉਣੀ ਜੋ ਮਰਜ਼ੀ ਹੋ ਜਾਵੇ ਇਹਨਾਂ ਦੀ ਹਾਂ ਡੀਲਰਸ਼ਿਪ 1 ਨੰਬਰ ਆ ਡੀਲਰਸ਼ਿਪ ਰਾਗਾ ਦੀ 1 ਨੰਬਰ ਆ ਉਹਦਾ ਕੋਈ ਤੋੜ ਨਹੀਂ ਆ ਮੱਕੜ ਵਾਲਿਆਂ ਦੀ ਡੀਲਰਸ਼ਿਪ ਗੰਦੀ ਆ ਬਟ ਉਹਨਾਂ ਦੀ ਸਰਵਿਸ ਬਹੁਤ ਗੁੱਡ ਆ ਬਾਬਾ ਟਾਈਮ ਹੋਇਆ ਆ 11 ਵਜੇ ਆ ਕਿ 3-4 ਤੇ ਵੱਜ ਹੀ ਜਾਣੇ ਮੂੰਹ ਹੀ ਕਹਿਤੀ ਇਹ ਗੱਲ ਬਟ ਹੁਣ ਦੇਖੋ ਕਿੰਨੇ ਵੱਜਦੇ ਆ ਕੁਛ ਪਤਾ ਨਹੀਂ ਆ ਇਹਨਾਂ ਦੀ ਸਰਵਿਸ ਆਲਵੇਜ਼ ਉੱਥੇ ਗਿਆ ਹੁੰਦਾ ਨਾ ਬਈ ਉੱਥੇ ਬਾਈ ਹੁਣੀ ਪ੍ਰਭ ਵੀਰਾ ਸਪੈਸ਼ਲੀ ਮੱਕੜ ਮੋਟਰ ਦਾ ਇੱਕ ਉਸੇ ਵੀਰੇ ਕਰਕੇ ਆ ਨਾ ਉਹ ਵੀਰਾ ਯਾਰ ਸੱਚੀ ਕਹਿੰਦਾ ਐਡਾ ਘੈਂਟ ਵੀਰਾ ਨਾ ਉੱਥੇ ਜਾ ਕੇ ਤੇ ਆਪਣੀ ਗਰਾਜ ਹੀ ਲੱਗਦੀ ਉਹ ਸਿਸਟਮ ਆ ਇੱਥੇ ਕੋਈ ਬਾਤ ਵੀ ਨਹੀਂ ਪੁੱਛਦਾ ਅੱਛਾ ਇਹ ਆ ਠੀਕ ਆ ਵਾਰੀ ਆਊਗੀ ਕਰ ਦਾਂਗੇ ਆਹ ਸਿਸਟਮ ਆ ਕੋਈ ਨਹੀਂ ਬਸ ਇਹੀ ਕਰਾਉਣਾ ਆ ਜੋ ਵੀ ਹੁੰਦਾ ਆਪਾਂ ਸੱਚ ਦੱਸੀ ਆ ਤੁਹਾਨੂੰ ਕੋਈ ਕਿਸੇ ਦੀ ਸ਼ੂਸ਼ਾਬਾਸ਼ੀ ਨਹੀਂ ਕੋਈ ਕਿਸੇ ਦਾ ਆਪਾਂ ਪਾਣੀ ਨਹੀਂ ਭਰੀਦਾ ਜਿਹੜਾ ਬੰਦਾ ਆਪਣੇ ਲਈ ਬੈਸਟ ਤੁਹਾਡੇ ਲਈ ਬੈਸਟ ਆਪਾਂ ਉਹੀ ਰਿਕਮੈਂਡ ਕਰੀਦਾ ਆ ਮੜੇ ਦੱਸਿਓ ਕਿ ਆ ਛੱਤ ਤੇ ਟਾਕੀਆਂ ਬਲੈਕ ਕੀਤੀਆਂ ਸੋਹਣੀਆਂ ਲੱਗ ਰਹੀਆਂ ਮੈਨੂੰ ਨਹੀਂ ਲੱਗੀ ਤੁਸੀਂ ਦੱਸਿਓ ਜੇ ਤੁਹਾਨੂੰ ਸੋਹਣੀਆਂ ਲੱਗੀਆਂ ਤੇ ਆਪਾਂ ਕਰਾ ਲਾਂਗੇ ਮੈਨੂੰ ਤਾਂ ਜਮੇ ਨਹੀਂ ਲੱਗੀਆਂ ਦੱਸੋ ਜੇ ਸੋਹਣੀਆਂ ਲੱਗੀਆਂ ਆਪਣੀ ਯਾਰ ਗੱਡੀ ਵਾਸ਼ ਹੋਣੀ ਵੀ ਨਹੀਂ ਲੱਗੀ ਪਤਾ ਨਹੀਂ ਸਾਲੀ ਕਦੋਂ ਕੋਟਿੰਗ ਹੋਣੀ ਕਦੋਂ ਨਹੀਂ ਤੇ ਬਾਕੀ ਬਾਈ ਹੁਣੀ ਇੱਥੇ ਪਛਾਣ ਲਈ ਆਪਾਂ ਨੂੰ ਤੇ ਲਵ ਯੂ ਵੀਰੇ ਲਵ ਯੂ ਪਤਾ ਨਹੀਂ ਹੁਣ ਇਹਨਾਂ ਨਾਲ ਕਰਦੇ ਹਾਂ ਕੰਟੈਕਟ ਥੱਲੇ ਆ ਕੇ ਕੀ ਸਿਸਟਮ ਹੋਣਾ ਤੇ ਕੀ ਨਹੀਂ ਪਤਾ ਨਹੀਂ ਕਦੋਂ ਜਾ ਕੇ ਵਾਰੀ ਹੋਣੀ ਹਲੇ ਤੱਕ ਧੋਗ ਨਹੀਂ ਹੋਈ ਘੰਟਾ ਹੋ ਚੱਲਾ ਆ ਹਾਂਜੀ ਬਾਬਾ ਜੀ ਸੋ ਤੁਹਾਨੂੰ ਮੈਂ ਇਹਦੇ ਫੀਚਰ ਦੱਸਣੇ ਸੀ ਅੱਜ ਜਿੱਦਾਂ ਕਿ ਆ ਇਹਦੀ ਐਪ ਆ ਇਹ 'ਚ ਸਾਰਾ ਪਤਾ ਲੱਗ ਸਕਦਾ ਕਿ ਗੱਡੀ ਕਿੱਥੇ ਖੜ੍ਹੀ ਆ ਜਦੋਂ ਇਹ ਚੱਲੂਗੀ ਨਾ ਇੱਥੇ ਸਪੀਡ ਵੀ ਆਊਗੀ ਕਿੱਥੇ ਕਿੱਥੇ ਜਾ ਰਹੀ ਕਿੱਦਾਂ ਕਿੱਦਾਂ ਜਾ ਰਹੀ ਆ ਮਤਲਬ ਤੁਸੀਂ ਸਾਰਾ ਇਹ ਤੋਂ ਲੈ ਸਕਦੇ ਆ ਕਿੰਨੀ ਸਪੀਡ 'ਤੇ ਜਾ ਰਹੀ ਆ ਜਾਂ ਕਿੱਥੇ ਜਾ ਰਹੀ ਆ ਨਾ ਸਾਰਾ A to Z ਪਤਾ ਕਰ ਸਕਦੇ ਆ ਬਾਕੀ ਤੁਸੀਂ ਇਹਦੇ ਨੀਅਰ ਬਾਏ ਜੇ ਕੁਛ ਸਰਚ ਕਰਨਾ ਹੋਵੇ ਉਹ ਤੁਸੀਂ ਕਰ ਸਕਦੇ ਆ ਈਜ਼ਲੀ ਇਹ ਹੋ ਗਿਆ ਫਿਊਲ ਹੋ ਗਿਆ ਜਾਂ ਕਰੰਟ ਟ੍ਰਿਪ ਕਿੱਥੋਂ ਕਿੱਥੇ ਗਈ ਕਿੱਥੇ ਨਹੀਂ ਕਿੱਥੇ ਆਈ ਹੈ ਨਾ ਫਿਰ ਅੱਗੇ ਇੱਥੇ ਖੜ੍ਹੇ ਖੜ੍ਹੇ ਆ ਦੇਖੋ ਹੁਣ ਵਿੰਡੋਆਂ 2 ਓਪਨ ਆ ਸਭ ਪਤਾ ਲੱਗਦਾ ਪਿਆ 2 ਇਹਦੀਆਂ ਵਿੰਡੋ ਓਪਨ ਖੜ੍ਹੀ ਆ ਜਿੱਥੇ ਵੀ ਖੜ੍ਹੀ ਆ ਕਿੰਨੇ ਕਿਲੋਮੀਟਰ ਚੱਲ ਚੁੱਕੀ ਆ ਇੱਥੇ ਖੜ੍ਹੇ ਮੈਂ ਉਹਨੂੰ ਸਟਾਰਟ ਕਰ ਸਕਦਾ ਹਾਂ ਸਾਰਾ ਕੁਝ ਸਨਰੂਫ ਖੋਲ ਸਕਦਾ ਹੈੱਡਲੈਂਪ ਕਰ ਸਕਦਾ ਸਟਾਪ ਵਿੰਡੋ ਉੱਪਰ ਥੱਲੇ ਕਰ ਸਕਦਾ ਹੌਰਨ ਵੀ ਆ ਸਕਦਾ ਹੈਜ਼ਾਰਡ ਕਰ ਸਕਦਾ ਆ ਮਤਲਬ ਸਾਰਾ ਕੁਛ ਇਹ ਵੀ ਹੋ ਸਕਦਾ ਆ
तो आ देखो टायर की हवा वगैरह सारा कुछ इतने। सो इस तो हट के इतने है करंट ट्रिप्स आ गए, आ देखो 38 किलोमीटर मैं चल के आया, कितों कितों चल के आया, एवरीथिंग किनी स्पीड पर आया, टॉप स्पीड मेरी 163, एवरीथिंग इतने काउंटेड आ। सो आ चीज़ होंगी है, मतलब आ चीज़ इनू बहुत वक् बना बाकियों नालों, तो बहुत ज़्यादा जेन्युइन है यदा सारा कुछ। मे बी मैं लगता स्टार्ट हुई तो नहीं है, नहीं नहीं हले स्टॉप ही है सच, उन्होंने साफ सूफ करते पे आ, तुम दिखाऊंगा। यही चीज़ है जी इनू बाकी गड्डिया तो वक् बना पूरी रेस्ट भी। हाँ जी है, हाँ सैरमिक कोटिंग है, देखा तुम दसा ही है ना, पूरा पता लगता उत्ते कि हूँ देखो उत्थे सारा पता लग जाना, जे कोई ताकी खुली आ ए टू जैड सारा पता लग जाना, चारे ताकिया खुलियाँ, डिग्गी भी खुली आ, आ देखो डिग्गी भी खुली, चारे ताकिया खुलियाँ, आओ देखो बुनट भी खुला आ, आओ देखो सारा आ रहा, इन्नी एडवांस आ, मतलब गड्डी ताड़ी है ना मुठ्ठी जी है सारी, इन्ना ज़्यादा सरा काम है यदा। बाकी जिप जैप जूम सारा तुम्हें पता ही आ, तीन मोड आ, एक डेमो दिखा तुम हूँ मैं, यदा सनरूफ खोल के दिखा तुम मैं, आ ओपन कर लगा पासवर्ड, ये आ गया करो जे हम इधर बंद करूँगा तो बंद हो जाना, इनू क्लोज कर दा, ये क्लोज हो लग पाया करो गल, मतलब निका जहा हले फीचर आ, सारा कुछ ही आ चीज़ अपने हाथ से आ, चाहे दी आ हजार्ड ऑन कर दो, सेंटर लॉक ऑन कर दो, विंडो उपर थले कर लो, हैडलैम्प आ देखियो, हैडलैम्प ऑन करती, 1 2 ऑन ऑन हो गई, क्लोज करा ओन, बस वो बंद है, अपना कोई होर सी हूँ बंद कर दिना, ये बंद, चलो ये आ स्कॉर्पियो एन। सो ये फीचर, तो चलो बई जी अपने को आ गया इतने, बई बई अपना नाम दसो पहला, नवनीत पाटिया मेरा नाम है, रिलेशनशिप मैनेजर मैनेजर हाँ, मैं इतने कोई भी सर्विस की रिगार्डिंग कोई क्वेरी या कोई सर्विस की अपॉइंटमेंट लैनी है तो प्लीज मेरे नाल कॉन्टैक्ट करो। तो बई ना बई अपन पहला तो देखते दे बई हूँ अज अपने को आए, तो बई न मैं दसिया कि इतने कमियां पेशी, आप सीधा टू बी ऑनैसट हो जाइए हरेक बंद ना, सो दैट कि कला मैं एक गल करता हूँ ना बई भी सामने, जे मैं झूठ बोलिया भी कला मेरे लिए सर्विस ना दवो, हरेक बंदे लिए इको जी सर्विस दवो, सो दैट कि किसी भी तंगी परेशानी ना आवे है ना, क्योंकि आप ग्राउंड लैवल से सोच रखी दी आ। सो जिहड़ियां भी कमियां पेशियां मैनूं अज इत्थे आ के आईआं मैं बई नूं दसियां, ते बई कहिंदा सी बई आपां उत्ते काम करांगे, हाँ तुहानूं अगे तो कोई भी दिक्कत नहीं आऊगी, हाँ आही चक्कर हुंदा आ, ओवरकम करना ही सब तो वड्डी चीज़ हुंदी आ, ते बई नूं सारा दस्सिया कि बई मैं पहला मक्कड़ इदा जांदा ही, आपां नूं सर्विस वधिया लगदी, बई कहिंदा कि अगली वारी आ के देखो जे तुहानूं कमी पेशी आ गई ते फेक आओ, बस आही चीज़ हुंदी आ। ते चलो हुण आपां फटाफट इहदी सैरमिक कोटिंग कराईए, ते बई ने उह भी दस्सिया कि हाँ भी कौन गल क्यों नहीं सुणदा ही, उह भी कोई वक्खरी गल सी, बट बई हुणा दा जिहड़ा रिलेशनशिप गोल आ उह बहुत गुड आ, ते चलो हुण आपां बई हुणा नाल पक्के जुड़ गए आ, ते चलो आपां कराईए हुण इहदी सैरमिक कोटिंग। सो बाबे गड्डी आ गई थल्ले, हुण मैनूं लगदा कोटिंग करूगे स्टार्ट, क्या लग रही है यार धोती व्हील एडे सरा लग रहे यार, कहण दी गल नहीं, करन लगे मेरे कोटिंग स्टार्ट, ठीक है तो चलो स्टार्ट हो गई है, तो बाकी बई हुणा ने करनी है, तो कितने का प्रोडक्ट होता बई, बारला है कितने का आ, कंट्री का जर्मन का, मैंने दसिया ही जर्मन का आ, ओके मैं उदा उन्हें सोनू ने कहा है कि जर्मन का आ, ਬਾਬਾ ਜੀ ਉੱਥੇ ਆਪਾਂ ਨੂੰ ਹੈਗੀ ਨੀਂਦ ਅਤੇ ਸਹਿਜ ਆ ਗਏ ਉੱਥੇ, ਟਾਈਮ ਉੱਥੇ ਹਲੇ 2-3 ਘੰਟੇ ਲੱਗਦੇ ਸੀਗੇ, ਅਤੇ ਸਹਿਜ ਕਹਿੰਦਾ ਚਲੋ ਆਪਾਂ ਪਹਿਲਾਂ ਹੁਣ ਫਗਵਾੜੇ ਵਾਲੀ ਗੇੜੀ ਕੱਢੇ ਹੋਣੇ ਆ, ਅਤੇ ਉੱਥੇ ਚਲੋ ਹੁਣ ਬਸ ਨੀਂਦ 'ਚ ਹੀ ਆ, ਕਰੋ ਹਲੇ ਬਹੁਤ ਜ਼ਿਆਦਾ ਨੀਂਦ 'ਚ ਆ, ਪੇਪਰ ਦੇ ਕੇ ਨੀਂਦ 'ਚ, ਅਤੇ ਹੁਣ ਫਿਰ ਨਕਲ ਮਾਰਨੀ ਮਾਰ ਲਓ ਪਰ ਬੋਲੀ ਹੋਣਾ ਮੂੰਹੋਂ ਕੁਛ, जनता ने ला लापा कर ही देना, कई सारे इदा जो भैं चो मारनी भी नहीं, मारन देनी भी नहीं, देखते हैं थोड़े टाइम बाद आने वापस, हले कुछ खा पी लीए बाबा जी, आप खान पीन हम खा पी लीए, सफोकेशन ने काम ना बुरा जहा किया ना, अंडरग्राउंड सफोकेशन वाली सी एजेंसी काम रोंग हो गया, मैं इस करके उ सौ गया, चलो खा पी लीए, बाबा जी स्पीड टेस्ट कर लगे, दूजी भी छड़ के आ गया,
ਸੋ ਬਾਬਾ ਜੀ ਆ ਗਏ ਆਪਾਂ ਵਾਪਸੀ ਤੇ ਮੈਂ ਦੂਜੀ ਵਾਲੀ ਵੀ ਆਪਣੀ ਸਕਾਰਪੀਓ ਮੰਗਵਾ ਲਈ ਆ ਉਹਨੂੰ ਵੀ ਮੈਂ ਕਿਹਾ ਛੱਡ ਜਾਈਏ ਉਹਨੂੰ ਇੱਥੇ ਨਹੀਂ ਉਹਨੂੰ ਤਾਂ ਮੱਕੜ ਦੇ ਛੱਡਣਾ ਆ ਸੋ ਦੈਟ ਕਿ ਉਹਦਾ ਵੀ ਕੰਮ ਹੋ ਜਾਵੇ ਤੇ ਉਹਨੂੰ ਵੀ ਯਾਰ ਪੂਰਾ ਟੱਚ ਕਰੀਏ ਜੇ ਇਹ 'ਚ ਝੂਟੇ ਮਾਟੇ ਲੈ ਰਹੇ ਹਾਂ ਤਾਂ ਮਤਲਬ ਇਹ ਨਹੀਂ ਕਿ ਆਪਾਂ ਉਹਨੂੰ ਸਾਈਡ ਕਰਤਾ ਆ ਸੋ ਬਾਬਾ ਜੀ ਹੋ ਗਈ ਬਸ ਕਹਿੰਦੇ ਸੁੱਕ ਰਹੀ ਆ ਹੱਲੇ ਉਹ ਜਿਹੜੀ ਆਪਾਂ ਮੋਡੀਫਿਕੇਸ਼ਨ ਕਰਾਉਣੀ ਬਾਈ ਉਹ ਹੋਣੀ ਨਹੀਂ ਨਾ ਹੱਲੇ ਮੂਰੇ ਹਜੇ ਚਿਪਕਣੀ ਨਹੀਂ ਆ ਓਕੇ ਇਹ ਜੇ ਉਹ ਸਮੂਥ ਕਰਕੇ ਆ ਓਕੇ ਸੋ ਬਾਈ ਹੁਣੀ ਕਹਿੰਦੇ ਉਹ ਜਿਹੜਾ ਆਪਾਂ ਦੂਜੇ ਉਹ ਤਾਂ ਬਹੁਤ ਜ਼ਿਆਦਾ ਹੀ ਹਾਂ ਬਹੁਤ ਜ਼ਿਆਦਾ ਹੀ ਸਮੂਥ ਆ ਯਾਰ ਆ ਤਾਂ ਸੋ ਦੇਖਣ ਲੱਗੇ ਟੈਸਟ ਕਰਕੇ ਵੀ ਰੁਕਦਾ ਜਾਂ ਨਹੀਂ ਚਲੋ ਆਹ ਆਈਟਮ ਆ ਪਾਣੀ ਦੇਖੋ ਰੁਕਿਆ ਹੀ ਨਹੀਂ ਜਮਾਂ ਹੀ ਨਹੀਂ ਰੁਕਿਆ ਸੋ ਇਹ ਆ ਕੋਟਿੰਗ ਅਤੇ ਬਾਕੀ ਬਾਈ ਹੁਣੀ ਕਹਿੰਦੇ ਕਿ ਡਬਲ ਟੇਪ ਹੈ ਨਾ ਹਲੇ ਚਿਪਕਣੀ ਨਹੀਂ ਆ ਕਿਉਂਕਿ ਬਹੁਤ ਜ਼ਿਆਦਾ ਸਮੂਥ ਹੋਇਆ ਪਿਆ ਆ ਅਤੇ ਫਿਰ ਉਹ ਆਪਾਂ ਫਿਰ ਦੋ ਤਿੰਨ ਦਿਨਾਂ ਬਾਅਦ ਹੀ ਉਹਨੂੰ ਲਵਾਵਾਂਗੇ ਉੱਤੇ ਸਾਰਾ ਲੱਗਦਾ ਹੀ ਨਹੀਂ ਪਿਆ ਪਹਿਲਾਂ ਤਾਂ ਲਿਆ ਹੋਇਆ ਪਹਿਲੇ ਦਿਨ ਦਾ ਮੈਂ ਲਿਆ ਹੋਇਆ ਆ ਕਿ ਪਹਿਲਾਂ ਵੀਲ ਪਵਾ ਕੇ ਲਾਊਂਗਾ ਫਿਰ ਆ ਗਿਆ ਕਿ ਕੋਟਿੰਗ ਕਰਾ ਕੇ ਲਾਊਂਗਾ ਹੁਣ ਕੋਟਿੰਗ ਤੋਂ ਬਾਅਦ ਹੁਣ ਦੋ ਤਿੰਨ ਦਿਨ ਫਿਰ ਰੋਕ ਕੇ ਲਾਊਂਗਾ ਇੱਦਾਂ ਚੱਲੀ ਜਾਂਦਾ ਆਹ ਵਾਲੀ ਗੱਡੀ ਕਦੇ ਮੇਰੇ ਪਸੰਦ ਹੀ ਨਹੀਂ ਆਈ ਐਕਸਯੂਵੀ ਭਾਵੇਂ 'ਚ ਇੰਨੇ ਫੀਚਰ ਦੇ ਤਾਂ ਵੀ ਮੈਨੂੰ ਨਹੀਂ ਪਸੰਦ ਆਈ ਹਮੇਸ਼ਾ ਆਹ ਦੇਖੋ ਹੁਣ ਆਈਟਮ ਕੀ ਆ ਜੇ ਤੁਸੀਂ ਆਹ ਚੀਜ਼ ਅੰਦਰਲੇ ਪਾਸੇ ਦੇ ਰਹੇ ਹਾਂ ਤਾਂ ਇਹਨੂੰ ਆਊਟਰ ਵੀ ਇੰਨਾ ਚੱਕ ਦਿਉ ਕੀ ਲੋਜਿਕ ਬਣਦਾ ਆ ਕਿ ਸ਼ੀਸ਼ਾ ਥੱਲੇ ਕਰੋ ਅਤੇ ਆਹ ਚੀਜ਼ ਵੱਖਰੀ ਦਿਖੂਗੀ ਉੱਤੋਂ ਹੀ ਪਲਾਸਟਿਕ ਹੀ ਪਲਾਸਟਿਕ ਇੰਨੀ ਪਲਾਸਟਿਕ ਆ ਨਾਲੇ ਇੰਨੀ ਕੀ ਆ ਯਾਰ ਉੱਚੀ ਹੈ ਨਹੀਂ ਕੁਛ ਆਹ ਦੇਖੋ ਹਾਈਟ ਤੋਂ ਤਾਂ ਥੱਲੇ ਹੀ ਆਪਣੇ ਕਿੱਥੇ ਇਹਦੇ ਆ ਫੈਂਡਰ ਪਤਾ ਨਹੀਂ ਹੁਣ ਇਹਦੇ ਲੋਹੇ ਦੇ ਕੀਤੇ ਜਾਂ ਨਹੀਂ ਇਹ ਵੀ ਸਾਲੇ ਪਲਾਸਟਿਕ ਦੇ ਹੁੰਦੇ ਆ ਆਹ ਪਲਾਸਟਿਕ ਆਹ ਪਲਾਸਟਿਕ ਆਪਣੇ ਮਤਲਬ ਦੀ ਨਹੀਂ ਆ ਆਪਣੇ ਮਤਲਬ ਦੀ ਉਹੀ ਆ ਇਹ ਸਗੋਂ 3 ਲੱਖ ਸਸਤੀ ਸੀਗੀ ਉਹਦੇ ਨਾਲੋਂ ਪਰ ਉਹ ਉਹੀ ਆ ਸੋ ਇਹਦਾ ਹੁਣ ਹੀਟਰ ਚਲਾਤਾ ਆ ਉੱਤੋਂ ਹੀਟ ਦੇਤੀ ਆ ਸੋ ਦੈਟ ਕਿ ਹੁਣ 10 ਮਿੰਟ ਜੀ ਸੁੱਕ ਜੂਗੀ ਲਸ਼ਕਾਂ ਮਾਰ ਰਹੀ ਪੂਰੀਆਂ ਹੀ ਓਏ ਹੋਏ ਹੋਏ ਕਰੋ ਚੈੱਕ ਕਿਆ ਬਾਤ ਆ ਬੱਲਾ ਬੱਲਾ ਕਰਾਤੀ ਯਾਰ ਓਏ ਹੋਏ ਹੋਏ ਵੀਲ ਚੈੱਕ ਕਰੋ ਟੁੱਟੀ ਪੈ ਗਈ ਉਹ ਗਰੰਟੀ ਕਾਰਡ ਦੇਣ ਲੱਗੇ ਆ 2 ਸਾਲਾਂ ਦੀ ਜਿਹੜੀ ਗਰੰਟੀ ਹੈ ਇਹਦੀ ਉਹ ਯਾਰ ਮੈਨੂੰ ਅੱਜ ਸੀਗਾ ਕਿ ਅੱਜ ਕਾਰਡ ਲੱਗ ਜੂਗਾ ਸਿਰਾ ਹੋ ਜੂ ਪਰ ਅੱਜ ਫੇਰ ਕਾਰਡ ਰਹਿ ਗਿਆ ਯਾਰ ਮਤਲਬ ਬਹੁਤ ਮੈਂ ਨਾ ਉਹਦੇ ਲਈ ਬਹੁਤ ਉਹ ਆ ਵੇਟਿੰਗ 'ਚ ਆ ਕਿ ਕਦੋਂ ਲੱਗੇ ਕਦੋਂ ਲੁੱਕ ਸਿਰਾ ਹੀ ਹੋ ਜਾਵੇ ਬਸ ਮੈਂ ਸਿਰਾ ਲੁੱਕ ਨੂੰ ਬੈਠਾ ਹੋਇਆ ਉਹ ਫੇਰ ਵਿੱਚ ਰੱਖਦਾ ਯਾਰ ਆਹ ਪਿਆ ਸੋ ਬਾਬਾ ਜੀ ਕੱਢ ਲਈ ਗੱਡੀ ਗੱਡੀ 1 ਨੰਬਰ ਕਰਤੀ ਵੀਰਾਂ ਨੇ ਅਤੇ ਬਸ ਹੁਣ ਮੇਰੀ ਦੂਜੀ ਗੱਡੀ ਵੀ ਆ ਰਹੀ ਆ ਜੋ ਉਹਨੂੰ ਵੀ ਛੱਡ ਦੀ ਏਜੰਸੀ ਬਹੁਤ ਦਿਨਾਂ ਦਾ ਕੰਮ ਪੈਂਡਿੰਗ ਚੱਲਦਾ ਮੈਂ ਤੁਹਾਨੂੰ ਕਿਹਾ ਸੀ ਕਿ ਇਸ ਵੀਕ ਮੈਂ ਪੂਰੇ ਕਰ ਦੇਣੇ ਆ ਸਾਰੇ ਕੰਮ ਕਿਉਂਕਿ ਹੁਣ ਅੱਜ ਮੈਂ ਉਹਨੂੰ ਵੀ ਛੱਡ ਦੂੰਗਾ ਕੱਲ੍ਹ ਨੂੰ ਅਸੀਂ ਚੱਲੇ ਹਾਂ ਸਹਿਜ ਦੀ ਦੂਜੀ ਗੱਡੀ ਆਪਣੇ ਥਾਰ ਦੇ ਵੀਲ ਪਵਾਉਣ ਸੋ ਉਹਦੇ ਵੀਲ ਪਾਉਣ ਜਾਣਾ ਆ ਸੋ ਉਹ ਵਾਲਾ ਵਲੌਗ ਤਾਂ ਤੁਹਾਨੂੰ ਸਹਿਜ ਦੇ ਹੀ ਚੈਨਲ 'ਤੇ ਮਿਲੂਗਾ ਬਟ ਇਹ ਆ ਕਿ ਆਪਾਂ ਆਪਣੇ ਕੰਮ ਡਨ ਕਰ ਦਈਏ ਕਿਉਂਕਿ ਫਿਰ ਪਰਸੋਂ 9 ਤਰੀਕ ਆ ਪਰਸੋਂ ਨੂੰ ਦੂਜੀ ਗੱਡੀ ਵੀ ਆਪਣੀ ਆ ਜਾਣੀ ਆ ਫਿਰ ਤਾਂ ਉਹਦੇ ਵੀਲ ਵੀ ਪਾਉਣੇ ਆ ਉਹਦੀ ਮੋਡੀਫਿਕੇਸ਼ਨ ਵੀ ਕਰਨੀ ਆ ਸਾਰਾ ਲਟਰਮ ਪਟਰਮ ਸਾਰਾ ਚੱਲਣਾ ਫਿਰ ਤੋਂ ਹੀ ਉਹੀ ਸੀਨ ਸੋ ਬਸ ਸਬਸਕ੍ਰਾਈਬ ਕਰ ਲਓ ਤੁਹਾਨੂੰ ਮੈਂ ਦੱਸਾਂ ਸੋ ਬਾਬਾ ਜੀ ਆਪਾਂ ਗਏ ਏਜੰਸੀ ਅਤੇ ਏਜੰਸੀ ਵਾਲਿਆਂ ਦਾ ਨਾ ਜਿੱਦਾਂ ਹੁਣ ਪਹਿਲਾਂ ਹੀ ਕੰਮ ਕਰਨ ਵਾਲੇ ਹਾਂ ਅਤੇ ਜਨਤਾ ਖੜ ਖੜੀ ਦੇਖੀ ਜਾਣ ਡਈ ਇਹਦੇ ਵੱਲ ਸੋ ਉਹਦੇ ਬਸ ਰਿਐਕਸ਼ਨ ਹੀ ਆ ਰਹੇ ਆ ਹੁਣ ਮੱਕੜ ਮੋਟਰ ਵਾਲੇ ਸਰਵਿਸ ਨੂੰ ਐਂ ਆ ਚੱਲ ਬਾਈ ਹੁਣ ਉੱਧਰ ਵੀ ਆਪਾਂ ਨੂੰ ਮਿਲਿਆ ਇੱਕ ਅਤੇ ਉਹਨੇ ਵੀ ਆਪਾਂ ਨੂੰ ਭਰੋਸਾ ਦਵਾਇਆ ਕਿ ਇੱਕ ਵਾਰੀ ਮੌਕਾ ਦੇ ਕੇ ਦੇਖਿਓ ਅਤੇ ਬਾਕੀ ਜਿੰਨੇ ਵੀ ਵੀਰ ਰਾਹਗਾ ਦੇ ਜਾਂਦੇ ਉਹ ਵੀਰ ਨੂੰ ਮੌਕਾ ਜ਼ਰੂਰ ਦੇ ਕੇ ਦੇਖਿਓ ਵੀਰ ਬਹੁਤ ਘੈਂਟ ਬੰਦਾ ਲੱਗਾ ਕਹਿੰਦਾ ਜੇ ਸਰਵਿਸ ਦੀ ਮੈਂ ਕਮੀ ਛੱਡਤੀ ਨਾ ਫੇਕ ਹੈ ਉਹ ਅਤੇ ਬਾਕੀ ਜਿੰਨੇ ਵੀ ਰਾਹਗਾ ਦੇ ਜਾਂਦੇ ਆਪਾਂ ਵੀ ਕੋਈ ਨਹੀਂ ਮੌਕਾ ਜ਼ਰੂਰ ਦੇ ਕੇ ਦੇਖਾਂਗੇ ਵੀਰ ਨੂੰ ਐਨੀ ਡੇ ਸੋ ਬਾਬਾ ਜੀ ਤੁਹਾਨੂੰ ਅਸੈਸਰੀ ਦੱਸ ਦਿੰਦਾ ਆਹ ਲਵਾਉਣੀ ਸੀਗੀ ਅੱਜ ਚਲੋ ਤੁਹਾਡੀ ਵੇਟ ਨਹੀਂ ਕਰਾਉਣੀ ਕਹਿਣਾ ਤੁਸੀਂ ਵੀ ਇਹ ਇੱਦਾਂ ਲੱਗਣੀ ਆ ਕਰੋ ਚੈੱਕ ਮਤਲਬ ਉਹ ਅੱਗੇ ਵਾਈਟ ਵਾਈਟ ਵੀ ਜਿਹੜਾ ਦੱਸਦਾ ਨਾ ਉਹ ਨਹੀਂ ਦਿਖਣਾ ਉਹ ਥੋੜ੍ਹਾ ਗੰਦਾ ਵੀ ਹੋਇਆ ਪਿਆ ਸੈਂਟਰ 'ਚੋਂ ਵੀਲ ਮੈਟ 'ਚ ਅਤੇ ਜਮਾਂ ਹੀ ਆਹ ਵਾਲਾ ਕਿੰਨਾ ਸਿਰਾ ਲੱਗੂ ਆਪ ਦੇਖੋ ਇੱਥੋਂ ਦੇਖੋ ਕਿਆ ਗੱਲਬਾਤ ਲੱਗਣੀ ਮਤਲਬ ਇਹ ਹੋਰ ਅੱਗੇ ਉੱਠੀ ਆਉਣੀ ਆ ਹੋਰ ਅੱਗੇ ਜੋ ਉੱਠੀ ਹੈ ਨਾ ਆਹ ਚੀਜ਼ ਅੱਜ ਮੈਂ ਲਵਾਉਣੀ ਸੀਗੀ ਮੇਰੇ ਕੋਲ ਹੀ ਆ ਪਰ ਹੁਣ ਪੇਂਟ ਸੋਫਟ ਹੋਣ ਕਰਕੇ ਨਾ ਉਹ ਡਬਲ ਟੇਪਾਂ ਕਹਿੰਦੇ ਟਿਕਣੀਆਂ ਨਹੀਂ ਆ ਸੋ ਇਹ ਚੱਕਰ ਆ ਥੋੜ੍ਹਾ ਹੁਣ ਸਬਰ ਕਰਨਾ ਪੈਣਾ ਨਹੀਂ ਤਾਂ ਉਹ ਕਹਿੰਦੇ ਉੱਡ ਜਾਣਾ ਕਾਲੀ ਅੱਗੇ ਫਿਰ ਟੋਏ ਹੋ ਜਾਣੇ ਪਰ ਆਪਾਂ ਟੋਏ ਵਾਲਾ ਕੰਮ ਨਹੀਂ ਕਰਨਾ ਆ ਗਈ ਆ ਗਿਆ ਝੋਟਾ ਆ ਗਿਆ ਝੋਟਾ ਸਾਰੇ ਇਹੀ ਪੁੱਛਦੇ ਕਿਤੇ ਇਹ ਤਾਂ ਨਹੀਂ ਵੇਚਿਆ ਮੈਂ ਕਿਹਾ ਨਾ ਬਾਈ ਇਹ ਨਹੀਂ ਵੇਚਿਆ ਇਹ ਨਹੀਂ ਅਸੀਂ ਵੇਚਣ ਵਾਲੇ ਆਹ ਬਸ ਆਹ ਹੁਣ ਇਹਨੂੰ ਤਾਂ ਟੈਚ ਇਹਨਾਂ ਦਾ ਨਾ ਹੀ ਜੁੜਿਆ ਹੋਇਆ ਆਪਣਾ ਇਹ ਨਹੀਂ ਜਾਣ ਵਾਲਾ ਕਿਤੇ ਦੇਖੋ ਸਾਰੇ ਇਹਨੂੰ ਪੈ ਗਿਆ ਪਹਿਲਾਂ ਇਹ ਤਾਂ ਆਪਣਾ ਹੀ ਲੈਵਲ ਆ ਇਹ ਤਾਂ ਆਪਣਾ ਹੀ ਲੈਵਲ ਆ
अपना ही लैवल आ हले भी सारे जने कहते कि कहते आ हर एक कोई मैं यही पुछता बीती मैं ना पाऊ और ही बेचता मैं मक्कड़ वाला वीरा साडा प्रभीरा घेंट वीरा यार जिन्हें भी मिलो बाई नू पहले दिन तो मैं पहला भी जिक्र किया उत्थे भी किया पहला वीडियो बई मैं कर हटिया जिक्र आ बई दे सर ते सानू कोई टेंशन नहीं इद्दां ही छड्ड के चल जी दी गड्डी ते बस हुण बई ने फोन मार देना कि बई हो गई आ ते लै जानी आ बिना कोई क्वेश्चन किए चलो ठीक है वीरे ओके बई ओके। सो बाबे गड्डी छड्ड के आपां गए रहिणा सी क्योंकि सहज हुण इत्थे हैगे ते इहनां दा जिहड़ा डिस्काउंट आ उह सारा मेरे फोन तों ही चलदा आ क्योंकि उह मैनू मतलब पॉइंट्स पूरे होने करके 25 प्लस डिस्काउंट हमेशा ही होंदा आ। सो इन्होंने कपड़े कुपड़े लाया तो डिस्काउंट मरवाउण आ गया आपां मेरी अखां दे पट्टी बंद हो मैं कुछ नहीं लैना तो साहब आही पजामा तो तैनूं मैं कहना मेरे तो पिया आ शॉपिंग करके आया ठग हो गया चलो इट्स ओके इट्स ओके मेरा आ दे बेल ऑन ते दो पहले ही भज पए मे बी हुण मैनूं लगदा मैं कल दा दिन मैं शायद मेरा स्किप हो जावे क्योंकि इहदा व्लॉग आउणा कल नूं। सो असीं इक्को चीज़ दो पासे नहीं पाई दी सो कल इहदा डे होगा मे बी स्किप हो जावे पर कोशिश पूरी रहेगी कि आपां तुहानूं कुछ वक्खरी चीज़ कल दे दईए ਪਲੈਂਡ ਕੀਤਾ ਕੁਛ ਪਰ ਸਕਸੈਸਫੁਲ ਹੋ ਜਾਵੇ। ਸੋ ਅਸੀਂ ਅੱਜ ਪੂਰਾ ਦੇਖ ਰਹੇ ਹਾਂ ਗੱਡੀ ਵਰਥ ਇਟ ਆ ਪੂਰੇ ਲੌਂਗ ਟ੍ਰਿਪ ਲਈ ਕੀ ਪਤਾ ਛੇਤੀ ਤੁਹਾਨੂੰ ਦਿਖਾਈਏ ਕਿੱਦਾਂ ਕਹੋ ਭਾਈ ਪਿੱਛੇ ਪੂਰਾ ਲੈਗ ਸਪੇਸ ਕਿੱਦਾਂ ਸੈਂਟਰ ਵਾਲਿਓ ਓਕੇ ਕਿੱਦਾਂ ਕਿੱਦਾਂ ਚੱਲੋ ਚੱਲੇ ਬਸ ਚੱਲ ਜਾਂਦੇ ਤਾਂ ਕਰ ਦੇਣਾ ਇੱਥੇ ਵੜ ਗਿਆ 250 ਵਾਲੀ ਮਾਰਕੀਟ ਚ ਹੜਦੇ ਕਿਤੇ ਯਾਰ ਬੇਇੱਜ਼ਤੀ ਕਰਾਉਣ ਚੱਲ ਗਿਆ ਮੇਰੀ ਬਾਹਰ ਕੱਢ ਇਹਨਾਂ ਨੂੰ ਟੈਕਸ ਨਿਕ ਲੱਭ ਗਏ ਬਸ ਲੈ ਲਾ ਰੇਟ ਵੀ ਕੁਝ ਜ਼ਿਆਦਾ ਨਹੀਂ ਹੋਣਾ 800 ਰੁਪਏ ਹਾਂ ਦੇਖੋ ਬਲੈਕ ਵਰਥ ਇਟ ਰਹੀ ਆ ਹੋਰ ਕੀ 800 ਦੇ ਆ ਵੀ 800 ਦੇ ਹੀ ਆ ਸਾਰੇ ਭਰਾਵਾ ਇਦਾਂ ਹੀ ਆ ਇੱਥੇ ਮੈਂ ਤੈਨੂੰ ਕਾਹਦੋ ਕਿਹਾ ਸੀ 250 ਵਾਲੀ ਮਾਰਕੀਟ 'ਚ ਚੱਲਾ ਆ ਸਾਰੇ ਇੰਨੇ ਦੇ ਹੀ ਆ ਇਹਨਾਂ ਇਹ ਦੇ ਨਾਲੇ ਬੇਸਿਕ ਮੰਗਦਾ ਸੀ ਇਹਨੂੰ ਬੇਸਿਕ ਦਵੋ ਆ ਵਾਲੇ ਆ ਦੇਖੋ ਬੇਸਿਕ ਆ ਬੇਸਿਕ ਲੈ ਲਾ ਮਾਰ ਕੋ ਥੱਲੇ ਇਹ 300 ਦੀ ਆ ਉਹ ਸੱਚੀ ਆ ਦੇ ਉੱਪਰ ਪਿੱਛੇ ਜੂੜੀ ਹੋਈ ਮੇਰੇ ਸਾਈਜ਼ ਆ ਤੇ ਫੇਕ ਹੀ ਆ ਉਹ ਲਾ ਦੀ ਪਾ ਕੇ कूल आले स्लीपर लेके जाओ यार ਵਲੌਗ ਬੋਡੀ ਦਾ ਭਾਈ ਇਹ ਆ ਉਹ ਤਾਂ ਰਿਕਾਰਡ ਹੋ ਗਿਆ ਨਹੀਂ ਉੱਥੇ ਟੂ ਪਾ ਦੇਣਾ ਮੈਂ ਭਾਈ ਜੇ ਜੋ ਇਹ ਕੁਝ ਕਰਦਾ ਨਾ ਜੋ ਇਹ ਕੁਝ ਕਰਦਾ ਮੈਂ ਸੱਚੀ ਗੱਲ ਕਹਾਂ ਜੇ ਤੁਸੀਂ ਕਰਨ ਲੱਗ ਪਏ ਨਾ ਭਾਈ ਕੰਮ ਕੁਮ ਛੁੱਟ ਜਾਣੇ ਕੰਮ ਕੁਮ ਛੁੱਟ ਜਾਣੇ ਆ ਉਦਾਂ ਜੇ ਮੈਂ ਤੁਹਾਨੂੰ ਉਦਾਂ ਨੌਲੇਜ ਬੇਸ ਤੇ ਦੱਸਾਂ ਬਸ ਬਰੋ ਜਿਹਦਾ ਡਾਈਟ ਵਧੀਆ ਰੱਖਣੀ ਹੈ ਕਲੀਨ ਫੂਡ ਖਾਣਾ ਹੈ ਜਿਮ ਲਾਣਾ ਹੈ ਤੇ ਵਧੀਆ ਸੋਣਾ ਹੈ ਤੇ ਸੋਣਾ ਆ ਫੂਡ ਤੋਂ ਪਰਹੇਜ਼ ਜੰਕ ਫੂਡ ਤਾਂ ਬਰੋ ਪਰਹੇਜ਼ ਆ ਠੀਕ ਆ ਕਦੀ ਕਦੀ ਫੰਕਸ਼ਨ ਕਰਦੇ ਖਾਣੇ ਆ ਬਈ ਸਾਰੀ ਚੀਜ਼ ਕੈਲਰੀਜ਼ ਤੇ ਆ ਜੇ ਕੈਲਰੀ ਸਰਪਲਸ ਆ ਘਰ ਦਾ ਖਾਣਾ ਖਾਣਾ ਜਾ ਉਹ ਸਾਫ ਸਾਫ ਨਾਲ ਉਹ ਸਾਫ ਕੁਝ ਜਿੱਦਾਂ ਬਾਹਰ ਤੋਂ ਜੰਕ ਫੂਡ ਵੀ ਆ ਉਹਨੂੰ ਘਰੇ ਲੈ ਕੇ ਖਾਣਾ ਬਸ ਲੈ ਕੇ ਨਿਕਲਿਆ ਚੋਬਰ ਬਾਹਰ ਨਾਲ ਭਈ ਅਸੀਂ ਗੱਡੀ ਛਿੜਕਣ ਨੂੰ ਪਰਫਿਊਮ ਵੀ ਲਿਆ ਨਾਲ ਭਾਈ ਮੂੰਹ ਤੇ ਲਾਣ ਨੂੰ ਫੇਸ ਮਾਸਕ ਵੀ ਲਿਆ ਕਿਹੜਾ ਕਿਹਨੇ ਦੱਸਿਆ ਹੈਗਾ ਵੀ ਉਹ ਮੂੰਹ ਤੇ ਲਾ ਕੇ ਨਹੀਂ ਬੰਦੇ ਹੁੰਦੇ ਕੀ ਬਾਤ ਹੈ ਦਿਖਾਣਾ ਤੁਹਾਨੂੰ ਫੜ ਜੋ ਫੇਰ ਵੇਟ ਛਟਾਣਾ ਐਲੋਵੀਰਾ ਐਂਡ ਪਤਾ ਨਹੀਂ ਕੀ ਹੈ ਜਰਾ ਐਲੋਵੀਰਾ 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 ਭਾਈ ਐਲੋਵੀਰਾ ਸੋ ਵੀਰ ਹੁਣੀ ਆਏ ਯਾਰ ਆਪਾਂ ਨੂੰ ਮਿਲਣ ਗੱਡੀ ਦੇਖ ਕੇ ਭਾਈ ਪਛਾਣ ਲਿਆ ਜੀ ਹਾਂ ਜੀ ਓਕੇ ਓਕੇ ਹੈ ਹਾਂ
ਗੱਡੀ ਚੱਕਣ ਵੀ ਆ ਗਈ ਆਂਟੀ। ਇੱਕ ਤੇ ਬੰਦੇ ਨਾ ਇੰਨੇ ਹਿੱਲੇ ਪਏ ਆ, ਕਿਸੇ ਨੂੰ ਕੁਛ ਨਹੀਂ ਲੱਭਣ ਡਿਆ ਤੇ ਕਿਸੇ ਨੂੰ ਕੁਛ ਨਹੀਂ ਲੱਭਣ ਡਿਆ। ਹੁਣ ਇਹਨੂੰ ਇਹਦਾ ਨੰਬਰ ਕਿੱਥੇ ਆ ਲੱਭਾ ਲੱਭਿਆ। ਚਲੋ ਜੀ ਹੱਥ ਹੱਥ ਜੀ ਫੋਨ ਫੜਿਆ ਕੇ ਨਾ ਫੋਨ ਨਹੀਂ ਲੱਭਦਾ ਪਿਆ। ਓ ਮੈਨ ਸ਼ਗਨ ਚਾਹੀਦਾ, ਸ਼ਗਨ ਸਕੀਮ ਚਾਹੀਦੀ। ਬਸ ਹੁਣ ਬਾਬਾ ਜੀ ਚੱਲੀਏ ਆਪਾਂ ਸਿੱਧਾ ਹੁਣ ਘਰੋ ਘਰੀ, ਕੱਲ ਹੁਣ ਸਵੇਰੇ ਮਿਲਾਂਗੇ। ਸਾਰੇ ਲੈ ਕੇ ਚੱਲਾਂ ਭਾਈ ਜੀ ਸਵੇਰ ਤੋਂ ਉੱਠ ਨਹੀਂ। ਬਾਬਾ ਜੀ ਆਪਾਂ ਆਵੇ ਆ ਗੋਪੇ ਦੀ ਸਕੂਟਰੀ ਆ, ਉਹ ਸਕਾਰਪੀਓ ਲੈ ਗਿਆ ਸੀ ਅਤੇ ਇੱਥੇ ਸਕੂਟਰੀ ਖੜੀ ਕਰ ਗਿਆ। ਚਲੋ ਲਾਈਏ ਫਿਲਹਾਲ ਗੱਡੀ ਅੰਦਰ। ਗੱਡੀ ਗੰਦੀ ਹੋ ਗਈ ਯਾਰ, ਕੱਚੇ ਰਾਹਾਂ ਵੱਲ ਦੀ ਆਇਆ, ਸ਼ਿਟ ਧਵਾਉਣੀ ਪੈਣੀ ਕੱਲ੍ਹ ਨੂੰ ਗੱਡੀ। ਅੱਜ ਇੱਕ ਮਿਸ, ਕਿਉਂਕਿ ਗੱਡੀ ਆਪਣੀ ਉਹ ਏਜੰਸੀ ਖੜੀ ਆ। ਸੋ ਚਲੋ ਬਾਬਾ ਜੀ ਆ ਗਿਆ ਘਰੇ, ਫਾਈਨਲੀ ਤੁਹਾਨੂੰ ਬਲੌਗ ਇਹ ਵੀ ਬਹੁਤ ਵਧੀਆ ਲੱਗਾ ਹੋਊਗਾ, ਬਹੁਤ ਖੱਪ ਕੀਤੀ ਇਹ 'ਚ ਵੀ। ਬਸ ਹੁਣ ਇੱਦਾਂ ਹੀ ਰੈਗੂਲਰ ਬਲੌਗ ਆਉਂਦੇ ਰਹਿਣਗੇ, ਸ਼ਾਇਦ ਕੱਲ੍ਹ ਦਾ ਦਿਨ ਮਿਸ ਹੋਈ ਵੀ ਸ਼ਾਇਦ ਆ 90% ਮੈਂ ਉਹਦੀ ਵੀ ਤਿਆਰੀ ਕਰਕੇ ਬੈਠਾ, ਕਿਉਂਕਿ ਪਹਿਲਾਂ ਵੀ ਦੱਸਿਆ ਸ਼ਾਇਦ ਹੀ ਗੱਡੀ ਵੀਲ ਪਾਉਣੀ ਹੈ। ਬਸ ਛੱਡੋ ਸਾਰੀਆਂ ਗੱਲਾਂ, ਆਲਰੇਡੀ ਸਾਰੀਆਂ ਕੀਤੀਆਂ। ਮਿਲਦੇ ਅਗਲੇ ਬਲੌਗ ਲਈ, ਟਿਲ ਦੈਨ ਬਾਬਾ ਬਾਬਾ ਬਾਬਾ।